ਪਨਵਸ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਧਰਨੇ ਰੋਸ ਪ੍ਰਦਰਸ਼ਨ ਸਮੇਂ 27-28-29 ਸਤੰਬਰ ਦੀ ਹੜਤਾਲ ਦੀ ਤਿਆਰੀ। ਕੁਲਵੰਤ ਸਿੰਘ, ਆਮ ਆਦਮੀ ਦੀ ਸਰਕਾਰ ਕੋਲ ਨਹੀਂ ਕੱਚੇ ਮੁਲਾਜ਼ਮਾਂ ਲਈ ਸਮਾਂ, ਗੇਟ ਰੈਲੀਆਂ ਕਰਕੇ ਕੱਢੀ ਭੜਾਸ। ਪੰਜਾਬ ਰੋਡਵੇਜ਼ ਪਨਵਸ ਅਤੇ ਪੀਆਰਟੀਸੀ ਦੇ ਕੰਡਕਟਰ ਵਰਕਰਸ ਯੂਨੀਅਨ ਵੱਲੋਂ ਪੰਜਾਬ ਦੇ 27 ਡਿਪੂਆਂ ਅੱਗੇ ਗੇਟ ਰੈਲੀ ਕੀਤੀਆਂ ਗਈਆਂ। ਰੂਪਨਗਰ ਡਿਪੂ ਦੇ ਗੇਟ 'ਤੇ ਬੋਲਦਿਆਂ ਸੂਬਾ ਮੀਤ ਪ੍ਰਧਾਨ ਸਤਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਦੀ ਗੱਲ ਕਰਦੀ ਹੈ, ਪਰੰਤੂ ਟਰਾਂਸਪੋਰਟ ਵਿਭਾਗ ਅਤੇ ਕੱਚੇ ਮੁਲਾਜ਼ਮਾਂ ਵੱਲੋਂ ਸਰਕਾਰ ਦੇ ਅੰਕੜੇ ਮੁਤਾਬਕ 1008 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਆਓ ਕਰਦੇ ਹਾਂ ਅੱਗੇ ਗੱਲਬਾਤ। ਹਾਂਜੀ ਪ੍ਰਧਾਨ ਜੀ, ਕਿ ਅੱਜ ਕਿਸ ਵਿਸ਼ੇ 'ਤੇ ਆਪਾਂ ਮੀਟਿੰਗ ਕੀਤੀ ਹੈ ਜੀ ਰੈਲੀ? ਅੱਜ ਸੋ ਅੱਜ ਗੇਟ ਰੈਲੀਆਂ ਕਰ ਰਹੇ ਅਸੀਂ, ਇਹ ਪੰਜਾਬ ਪੱਧਰ ਤੋਂ ਗੇਟ ਰੈਲੀਆਂ ਪਨਵਸ ਅਤੇ PRTC ਦੇ ਸਾਂਝੇ ਜੋ ਗੇਟਾਂ ਦੇ ਅੱਜ ਗੇਟ ਰੈਲੀਆਂ ਕਰ ਰਹੇ ਆਪਾਂ। ਗੇਟ ਰੈਲੀਆਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਉਦੋਂ ਹਰੇਕ ਬੱਚਾ ਇਹ ਸਰਕਾਰ ਨੂੰ ਵੋਟ ਪਾ ਕੇ ਲੈ ਕੇ ਆਇਆ ਸੀ। ਜੋ ਸਰਕਾਰ ਨੇ ਆਉਂਦੀ ਨੇ ਕਿਹਾ ਸੀ ਵੀ ਅਸੀਂ ਪਹਿਲੀ ਕੈਬਨਿਟ ਦੇ ਵਿੱਚ ਹੀ ਜੋ ਪੰਜਾਬ ਦਾ ਕੱਚਾ ਕੰਮ ਆ ਉਹਦਾ ਹੱਲ ਕਰਾਂਗੇ, ਪਰ ਸਰਕਾਰ ਨੂੰ 6-7 ਮਹੀਨੇ ਹੋ ਗਏ, ਹਜੇ ਤੱਕਰ ਕੋਈ ਹੱਲ ਨਹੀਂ ਕਰ ਰਹੀ ਸਰਕਾਰ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਤੁਹਾਡੇ ਬੱਚੇ ਆ 15-15 ਸਾਲ ਹੋ ਗਏ, ਇਹ ਬੱਚਿਆਂ ਨੂੰ ਧੱਕੇ ਖਾਂਦਿਆਂ ਨੂੰ ਨਹੀਂ 10-12 ਹਜ਼ਾਰ 'ਚ ਗੁਜ਼ਾਰਾ ਚੱਲਦਾ। ਇਹ ਜਿੰਨਾ ਕੱਚਾ ਕੰਮ ਆ ਇਹਨੂੰ ਰੈਗੂਲਰ ਕੀਤਾ ਜਾਵੇ, ਜਿਹੜਾ ਆਊਟਸੋਰਸਿੰਗ 'ਤੇ ਸਟਾਫ ਹੈ ਉਹਨੂੰ ਕੰਟਰੈਕਟ 'ਤੇ ਲਿਆ ਜਾਵੇ, ਜਾਂ ਉਹਨੂੰ ਪੱਕਾ ਹੀ ਕੀਤਾ ਜਾਵੇ ਜਿਹੜਾ 15-15 ਸਾਲ ਹੋ ਗਏ, ਔਰ ਜਿਹੜੇ ਸਾਡੇ ਰਿਪੋਰਟਾਂ ਵਾਲੇ ਸਾਥੀ ਆ ਉਹਨਾਂ ਨੂੰ ਰਿਪੋਰਟਾਂ ਦੇ ਸਾਥੀਆਂ ਨੂੰ ਬਹਾਲ ਕੀਤਾ ਜਾਵੇ। ਅਤੇ ਜਿਹੜੀਆਂ ਸਾਡੀਆਂ ਕਰਜ਼ਾ ਮੁਕਤ ਬੱਸਾਂ ਨੇ ਪਨਵਸ ਦੀਆਂ, ਉਹ ਰੋਡਵੇਜ਼ ਦੇ ਵਿੱਚ ਮਰਜ ਕਰ ਦਿੱਤੀਆਂ ਜਾਣ, ਔਰ ਸਮੇਤ ਸਟਾਫ ਮਰਜ ਕੀਤੀਆਂ ਜਾਣ, ਔਰ ਜਿਹੜੀ ਸਫ਼ਰ ਸਹੂਲਤ ਬੀਬੀਆਂ ਦੀ ਫ੍ਰੀ ਵਾਲੀ ਹੈ ਉਹ ਸਫ਼ਰ ਸਹੂਲਤ ਬਹੁਤ ਵਧੀਆ ਹੈ। ਅਸੀਂ ਸਰਕਾਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਵੀ ਸਫ਼ਰ ਸਹੂਲਤ ਹੈ ਜਿਹੜੀ ਬਹੁਤ ਵਧੀਆ, ਪਰ ਸਫ਼ਰ ਸਹੂਲਤ ਦੇ ਨਾਲ ਨਾਲ ਜੋ ਸਾਡਾ ਬਣਦਾ ਹੱਕ ਹੈ ਉਹ ਨਾਲ ਦਿੱਤਾ ਜਾਵੇ। ਜੋ ਇਹ ਰੋਡਵੇਜ਼ ਨੂੰ ਆਪਾਂ ਚਲਾਉਣਾ ਹੈ ਜਿਹੜਾ ਪੈਸਾ ਹੈ ਉਹ ਸਾਨੂੰ ਬਹੁਤ ਘੱਟ ਆ ਰਿਹਾ। ਜੋ ਸਾਡੇ ਡਿਪੂਆਂ ਦਾ ਹਾਲ ਇਸ ਟਾਈਮ, ਤੇਲਾਂ ਦੇ ਸਾਡੇ ਕੋਲ ਪੈਸੇ 70-80 ਲੱਖ ਰੁਪਇਆ ਖੜ੍ਹ ਗਿਆ, ਜੋ ਸਰਕਾਰਾਂ ਵੱਲੋਂ ਸਾਨੂੰ ਪੈਸਾ ਨਹੀਂ ਆ ਰਿਹਾ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਜਿਹੜਾ ਤੇਲ ਦਾ ਬਜਟ ਆ ਉਹ ਦਿੱਤਾ ਜਾਵੇ। ਵਰਕਸ਼ਾਪ ਦੇ ਵਿੱਚ ਸਮਾਨ ਨਹੀਂ ਆ ਰਿਹਾ, ਅਸੀਂ ਨਵੀਆਂ ਗੱਡੀਆਂ ਜਿਹੜੀਆਂ ਸਾਡੇ ਕੋਲ 4-4 ਮਹੀਨੇ ਤੋਂ ਆਈਆਂ ਉਹ ਵੀ ਖੜ੍ਹੀਆਂ ਲੈਦਰਾਂ ਪਿੱਛੋਂ ਅਤੇ ਸਰਵਿਸਾਂ ਪਿੱਛੋਂ ਖੜ੍ਹੀਆਂ, ਕਾਹਦੇ ਪਿੱਛੇ? ਪੈਸਾ ਨਹੀਂ ਹੈ। ਔਰ ਸਰਕਾਰ ਨੂੰ ਅਸੀਂ ਅਪੀਲ ਇਹ ਵੀ ਕਰਦੇ ਹਾਂ ਵੀ ਕਮ ਸੇ ਕਮ ਇਸ ਟਾਈਮ ਰੋਡਵੇਜ਼ ਦੀ ਬੱਸ ਦੇ ਵਿੱਚ ਸਵਾਰੀ ਬਹੁਤ ਜ਼ਿਆਦਾ ਹੈ, ਕਾਹਦੇ ਪਿੱਛੇ? ਸਟਾਫ ਘਾਟ ਹੋਣ ਪਿੱਛੇ, ਔਰ ਸਾਡੇ ਕੋਲ ਬੱਸਾਂ ਘੱਟ ਨੇ। ਸਰਕਾਰ ਨੂੰ ਅਪੀਲ ਕਰਦੇ ਹਾਂ ਵੀ 10,000 ਬੱਸ ਹੈ ਜਿਹੜੀ ਉਹ ਨਵੀਂ ਪਾਈ ਜਾਵੇ, ਔਰ ਜਿੰਨਾ ਕੱਚਾ ਕੰਮ ਆ ਉਹਨੂੰ ਰੈਗੂਲਰ ਕੀਤਾ ਜਾਵੇ।